ਆਓ ਜੀ ਯਾਰ ਕੁਲਦੀਪ ਚੱਲੀਏ ਕਿੱਥੇ ਨਾਲੇ ਤਾਂ ਵਾਕ ਕਰਨ ਹਾਂ ਨਾਲੇ ਦੁੱਧ ਲੈਣ ਚੱਲੇ ਆ ਅੱਛਾ ਦੁੱਧ ਹੈਗਾ ਪਰ ਅਸੀਂ ਲੈਣ ਚੱਲੇ ਆ ਫੈਟ ਵਾਲਾ ਦੁੱਧ ਹਾਂ ਹੈ ਨਾ ਇਹਦਾ ਦੂਜਾ ਕੈਮਰਾ ਕਿੱਥੇ ਰੱਖੂ ਮੈਂ ਮੰਗਦਾ ਹਾਂ ਤਾਂ ਘੜ ਪਾ ਦੋ ਹੁਣ स्वागत है साडे चैनल पंजाबी इन फिनलैंड अरदास कर देशों विदेशों जिथे भी तुसी मेरे भैन भरा है परमात्मा तुहानू सेहत तंदुरुस्ती बख्शे तुहाडीआं कमाईआं विच बरकत पावे ते खुश रहो आपां निकले हां वॉक ते नाले तां आपां करांगे हुण वॉक ते नाले साडे इत्थे लागे स्टोर है उत्थों लैण चले आ असीं दुध दुध साडा खत्म तां नहीं सी होया पर असीं लैण चले आ फैट वाला दुध गाढ़ा दुध जिहनूं कहिंदे आ फैट वाला ते असीं बनावांगे की वीरक साहब गजरेला गजरेला बनाने की सलाह बनाई है गाजर का खोया गजरेला अज साढ़े ना सूरज देवता चमक रहा है देखो सूरज डुब रहा के वीरक साहब सूरज डुब रहा देखो अच्छा तेरा गोविंदगढ़ फिर इधर ही होना है बड़ा वधिया सामने दिस रहा दरख्तों के विचकार देख लो सड़क जिथे असीं तुरे जा रहे हैं बर्फ पई आ ध्यान ना तुर रहे क्योंकि थले तिलकने के उत्ते पै गई है बर्फ ताजी अज ही पई है कल कल ही पई है थोड़ी बहुती ठंड इस करके हो जाती है जदों धुप चढ़ती है ना ਉਹਨਾਂ ਦੇ ਬਰਫ ਹੈਗੀ ਆ ਧਰਤੀ ਤੇ ਫਿਰ ਠੰਡ ਵਾਧੂ ਹੋਈ ਬੋਲੋ ਤੇ ਜਿਹੜੀ ਇਹ ਰੋਸ਼ਨੀ ਹੁਣ ਪੈ ਰਹੀ ਹੈ ਜਿਵੇਂ ਅੱਖਾਂ ਨੂੰ ਜੀ ਆ ਜਾ ਰਹੀ ਹੈ ਕੁਲਦੀਪ ਕੌਰ ਉਹ ਮੂੰਹ ਪਟ ਜਾ ਜਾ ਤੇ ਸ਼ਾਂਤੀ ਪਈ ਇੱਥੇ ਦੇਖੋ ਹਾਂ ਕੋਈ ਨਹੀਂ ਆ ਰਿਹਾ ਕਿ ਰਸਤਾ ਲਾ हौली हौली मार्केट नेड़े आ जाइए दुध ही लैना होर तो कुछ नहीं लैना बाकी समान तो कर लिया है हाँ हाँ जिहड़े दोस्तों इधर मकान ने इन्हां नूं लोक रीवी तालो कहिंदे ने इत्थे ते जिहड़े इधर मकान ने इन्हां नूं कहिंदे ने ओमा कोती तालो ओमा कोती तालो दा मतलब ये भी जिन्हां लोकां दे अपने जगह ते बनाए हुए घर ने यह जिहड़े रिवी तालो ने हैगे ने कंपनियां दे है तो यह भी अपने ने पर यह कंपनी बनाउंदी है कंपनी सेम इक्को जे सारे इक्को जे बनाउंदी है तुसीं इत्थों खरीद सकदे हो यह भी लोकां दे अपने ने पर इहदा कल्ला कल्ला उहदे सारी रिस्पोंसिबिलिटी पानी बिजली सब दी उन्हां दी कंपनी वालों की जिम्मेवारी होंदी है इहदे च तुहाडी सारी जिम्मेवारी अपनी होंदी है कोई भी तुहाडा पैप टुट जांदा है बिजली बंद हो जांदी है पानी रुक जांदा है सारी तुहाडी अपनी जिम्मेवारी होंदी है ओह गां दूर ने केरो स्तालो जिहनूं मंजलां मंजलां वाले मकान कहिंदे आ लो वी दोस्तो हैगी एस मार्केट असी जिथे आए हाँ थोड़ी जी इन्होंने वधा के वड्डी की है जिथे नीला नीला दिस रहा है इन्नी वड्डी की है उधर गेट पर साइड ते हुंदा ही हुण इन्होंने कर दिता गब्बे इत्थों आप आए हाँ दुध लैण तेल अज
ਹੈਗਾ 2 ਰੁਪਏ ਤੋਂ ਘੱਟ ਹੀ ਆ 2 ਯੂਰੋ ਤੋਂ ਲਓ ਜੀ ਆਪਾਂ ਸਟੋਰੋਂ ਆ ਗਏ ਆ ਉਹਕਾ ਸਟੋਰ ਤੋਂ ਆਪਾਂ ਗਏ ਆ ਆ ਤੇ ਮੈਂ ਲੈ ਕੇ ਆਇਆ ਸਟੋਰ ਤੋਂ ਇਹਨੂੰ ਕਹਿੰਦੇ ਆ ਤੋਰਤੀਲਾ ਪੰਜਾਬੀ ਚ ਰੋਟੀਆਂ ਨੇ ਪੰਜਾਬੀ ਚ ਕਹ ਲੋ ਵੀ ਜਿਵੇਂ ਰੋਟੀਆਂ ਆਪਣੀਆਂ ਹੁੰਦੀਆਂ ਨਾ ਉਹ ਚੀਜ਼ ਹੈ ਇਹਦੇ ਵਿੱਚ ਤੁਸੀਂ ਜਿਵੇਂ ਸਲਾਦ ਲਾ ਲੋ ਪਹਿਲਾਂ ਥੱਲੇ ਚਟਨੀ ਲਾ ਲੋ ਹੈ ਨਾ ਕੋਈ ਸੌਸ ਪਾ ਲੋ ਫਿਰ ਸਲਾਦ ਗ੍ਰੀਨ ਭਾਵੇਂ ਵਿੱਚ ਕੋਈ ਸ਼ਿਮਲਾ ਮਿਰਚ ਪਾ ਲੋ ਟਮਾਟਰ ਪਾ ਲੋ ਮੀਟ ਪਾ ਲੋ ਜੋ ਮਰਜ਼ੀ ਪਾ ਲੋ ਜੋ ਮਰਜ਼ੀ ਤੁਸੀਂ ਚੀਜ਼ ਵੀ ਪਾ ਸਕਦੇ ਹੋ ਜੋ ਤੁਸੀਂ ਖਾਂਦੇ ਇਹ ਅੱਜ ਸੀਗਾ ਸਸਤੀ ਲੱਗੀ ਹੈ 1 ਯੂਰੋ ਦੀ ਇਹ ਆਈ ਹੈ ਇਹ ਲੈ ਲਈ ਹੈ ਮੈਂ ਗਏ ਤਾਂ ਸੀ ਦੁੱਧ ਲੈਣ ਸੀ ਫਿਰ ਮੈਂ ਆਪਣੇ ਵਾਸਤੇ ਇਦਾਂ ਦੀ ਲੈ ਲਈ ਹੈ ਇਹਨੂੰ ਆਪਾਂ ਕਹਿੰਦੇ ਆ ਪੂਰੋ ਪੰਜਾਬੀ ਪੰਜਾਬੀ ਸੇ ਹੈਗਾ ਇਹ ਦਲੀਆ ਮੈਂ ਵੀ ਜਦੋਂ ਪਹਿਲਾਂ ਮੈਂ ਇਸ ਫੈਕਟਰੀ 'ਚ ਕੰਮ ਕੀਤਾ ਹੈ ਉਹ ਕਹਿੰਦੇ ਵੀ ਮੈਂ ਕਿਹਾ ਪੂਰੋ ਕਹਿਣਾ ਪੂਰੋ ਇੱਦਾਂ ਕਰਨੀ ਮੈਂ ਕਿਹਾ ਵੀ ਪੂਰੋ ਸਾਡੇ ਤਾਂ ਜਨਾਨੀ ਆ ਮੈਂ ਵੀ ਦੱਸ ਦਿੰਦੀ ਆਪਣੀਆਂ ਦੋਸਤਾਂ ਨੂੰ ਵੀ ਸਾਡੇ ਪੂਰੋ ਹੁਣ ਤਾਂ ਨਹੀਂ ਓਲਡ ਓਲਡ ਟਾਈਮ 'ਚ ਓਲਡ ਜ਼ਮਾਨੇ 'ਚ ਵੀ ਪੂਰੋ ਜਨਾਨੀ ਦਾ ਨਾਂ ਸੀਗਾ ਲੇਡੀਜ਼ ਦਾ ਨਾਂ ਸੀ ਅਤੇ ਇਹ ਹੈਗਾ ਜੀ ਦਲੀਆ ਇਹਦੇ ਵਿੱਚ ਪਾਇਆ ਹੋਇਆ ਸੇਬ ਬਲੈਕਬੈਰੀ ਅਤੇ ਰੈੱਡ ਬੈਰੀ ਅਤੇ ਇਹਦੇ ਵਿੱਚ ਜਿਹਨੂੰ ਅਸੀਂ ਫਿਨਿਸ਼ ਕਹਿੰਦੇ ਹਾਂ ਮੁਸਤਿਕਾ ਮੁਸਤਿਕਾ ਵਾਟਲਮਾ ਇਹਦੇ 'ਚ 12 ਪੀਸ ਨੇ ਇਹ ਇੱਦਾਂ ਵੀ ਤੁਸੀਂ ਆਪਣਾ ਬ੍ਰੇਕਫਾਸਟ ਕਰ ਸਕਦੇ ਹੋ ਹਲਕਾ ਬ੍ਰੇਕਫਾਸਟ ਫਿਨਿਸ਼ ਅਸੀਂ ਇਸ ਕਰਕੇ ਬੋਲਦੇ ਹਾਂ ਵੀ ਜਿਹੜੇ ਭੈਣ ਭਰਾਵਾਂ ਨੇ ਆਉਣਾ ਇੱਥੇ ਉਹ ਫਿਨਿਸ਼ ਸਿੱਖ ਜਾਣ ਹਾਂ ਫਿਨਿਸ਼ ਪਰ ਆਪਾਂ ਫਿਨਿਸ਼ ਨਾ ਸਿਖਾਇਆ ਕਰੀਏ ਔਨਲਾਈਨ ਕਲਾਸਾਂ ਲਾਇਆ ਕਰੀਏ ਪਰ ਟਾਈਮ ਹੀ ਹੈ ਨਹੀਂ ਉਹ ਮੈਂ ਨਾ ਹੈਗਾ ਐਪਲ ਮੁਸਤਿਕਾ ਹੈਗੀ ਹੈ ਬਲੈਕਬੈਰੀ ਵਡਲਮਾ ਹੈਗੀ ਹੈ ਰੈੱਡਬੈਰੀ ਇਹ ਮੈਂ ਲਈ ਹੈ ਆਪਣੇ ਵਾਸਤੇ ਮੈਂ ਤਾਂ ਕਹਿ ਰਹੀ ਸੀ ਵੀਰਕ ਸਾਹਿਬ ਨੂੰ ਰਹਿਣ ਦਿਓ ਪਰ ਸਾਹਿਬ ਕਹਿੰਦੇ ਅੱਜ ਬਣਾਉਂਦੇ ਹਾਂ ਇੱਕ ਵੀਡੀਓ ਉਹਦੇ 'ਤੇ ਫਿਨਿਸ਼ 'ਤੇ ਆਹੋ ਰੋਜ਼ ਦੱਸਿਆ ਕਰੋ ਵੀ ਆਹ ਹੈ ਜੀ ਜਿਹੜਾ ਅਸੀਂ ਦੁੱਧ ਲੈਣ ਗਏ ਸੀ ਇਹ ਪੂਰੀ ਫੁੱਲ ਫੈਟ ਵਾਲਾ ਦੁੱਧ ਹੈ ਉਹ ਕਹਿੰਦਾ ਫੁੱਲ ਫੈਟ ਵਾਲਾ ਦੁੱਧ ਹੈ ਅਤੇ ਦੁੱਧ ਨੂੰ ਇੱਥੇ ਕਹਿੰਦੇ ਨੇ ਮਾਈਤੋ ਆਪਾਂ ਇੰਗਲਿਸ਼ ਕਹਿੰਦੇ ਹਾਂ ਮਿਲਕ ਅਤੇ ਫਿਨਿਸ਼ ਕਹਿੰਦੇ ਨੇ ਮਾਈਤੋ ਇਹ ਅਸੀਂ ਲਿਆਏ ਹਾਂ 2 ਲੀਟਰ ਲੈਣਾ ਸੀ ਵਿਰਕ ਸਾਹਿਬ ਕਹਿੰਦੇ ਨੇ ਤੂੰ 3 ਲੈ ਲੈ 2 ਅਤੇ 1 ਡੱਬਾ ਵਿੱਚ ਪਿਆ 3 ਡੱਬੇ ਇਹ ਲੈ ਲਏ ਆਪਾਂ ਨੇ ਹਾਂ 1 ਮੈਂ ਲਈ ਜੈਤਲੇ ਆਈਸਕ੍ਰੀਮ ਉਹ ਮੈਂ ਰਾਜ ਖਾ ਲਈ ਅੱਜ ਮੇਰਾ ਸਵੇਰ ਦਾ ਹੀ ਦਿਲ ਕਰ ਰਿਹਾ ਸੀ ਖਾਣ ਨੂੰ ਠੰਡੀ ਜੀ ਕੋਈ ਚੀਜ਼ ਆਈਸਕ੍ਰੀਮ ਨੂੰ ਕਹਿੰਦੇ ਨੇ ਜੈਤਲੇ ਅਤੇ ਆਹ ਅਸੀਂ ਇਹ ਸਟੋਰ ਵਾਲੇ ਦਿੰਦੇ ਆ ਲਿਫਾਫੇ ਸਟੋਰ 'ਚ ਮਿਲ ਜਾਂਦੇ ਆ ਇਹ ਲਾਈ ਆ ਉਹਨਾਂ ਨੇ 25 ਸੈਂਟ ਦੀ ਆ ਲਿਫਾਫਾ 25 ਇੰਡੀਆ ਦੇ ਕਿੰਨੇ ਦੀ ਹੋ ਗਈ ਇਹ ਤੇ ਬੈਟਰ ਇਹ ਆ ਆਪਣੇ ਥੈਲੇ ਘਰੋਂ ਹੀ ਲੈ ਕੇ ਜਾਵੋ ਤੇ ਨਾ 25 ਸੈਂਟ ਦੇਣੇ ਪੈਣ 1 ਸੈਂਟ ਦੇ ਸਮਝ ਲਓ ਵੀ 85 ਪੈਸੇ ਨੇ ਅਸੀਂ ਤਾਂ ਤਕਰੀਬਨ ਲੈ ਕੇ ਜਾਂਦੇ ਅੱਜ ਸਾਡੇ ਕੋਲ ਹੈ ਨਹੀਂ ਸੀ 1 ਸੈਂਟ ਦੇ 85 ਪੈਸੇ ਨੇ ਤੇ 10 ਸੈਂਟ ਦੇ 8.5 ਰੁਪਏ 8.5 ਤੇ 8.5 ਤੇ 8.5 17 ਰੁਪਏ ਤੇ ਫਿਰ 4.25 ਲਾ ਲਾ 17 ਤੇ 4 21 21 ਤੇ 22.5 ਰੁਪਏ ਦਾ ਲਿਫਾਫਾ ਹੈ ਆ ਦੁੱਧ ਵੀ 1 ਲੀਟਰ ਦੁੱਧ ਆਇਆ 1 ਯੂਰੋ 39 ਸੈਂਟ ਦਾ ਲਓ ਜੀ ਨਾ ਵਿਰਕ ਸਾਹਿਬ ਸਟੋਰ ਜਾਂਦੇ ਅਤੇ ਨਾ ਹੀ ਆ 11 ਰੁਪਏ 78 ਪੈਸੇ ਦਾ ਸਮਾਨ ਆ ਗਿਆ ਬੱਚਤ ਨਹੀਂ ਸੀ ਹੋ ਜਾਣੀ ਬੈਠੇ ਬੈਠੇ ਹੋਰ ਪੰਗਾ ਖੜਾ ਕਰ ਲਿਆ ਤੇ ਜੇ ਬੰਦਾ ਕੱਲ ਨੂੰ ਨਾ ਉੱਠੇ ਤੇ ਫਿਰ ਸਾਰੇ ਰੁਪਈਏ ਸਾਰੇ ਰੁਪਈਏ ਤਾਂ ਬੱਚੀ ਰਹਿ ਜਾਂਦੇ ਉਹ ਤਾਂ ਸਾਰਿਆਂ ਨੇ ਛੱਡ ਕੇ ਜਾਣਾ ਐਡੇ ਐਡੇ ਰਾਜੇ ਛੱਡ ਕੇ ਨੇ ਤੇ ਅਸੀਂ ਤਾਂ ਫਿਰ ਕਿਤੇ ਵਿਚਾਰੇ ਆ ਅਸੀਂ ਤਾਂ ਚੀਜ਼ ਹੀ ਕੁਛ ਨਹੀਂ ਹੈਗੀ ਇਹੋ ਜਿਹਾ ਸੋਚਣਾ ਹੀ ਕਰਨਾ ਫਿਰ ਸਹੀ ਗੱਲ ਹੈ ਲਓ ਜੀ ਤੂੰ ਅੱਜ ਦਾ ਫਿਕਰ ਕਰ ਕੱਲ ਦਾ ਫਿਕਰ ਆਪੇ ਕੱਲ ਉਹ ਮਾਲਕ ਕਰੇਗਾ ਪਰ ਅਸੀਂ ਇਨਸਾਨ ਆ ਨਾ ਗੋਰੇ ਵਧੀਆ ਨੇ ਇੱਥੇ ਬੇਫਿਕਰੇ ਨੇ ਕਿਉਂਕਿ ਇਹਨਾਂ ਨੇ ਨੂੰ ਲਿਆਉਣੀ ਨਹੀਂ ਤੇ ਧੀ ਤੋਰਨੀ ਨਹੀਂ ਕੋਈ ਇਹਨਾਂ ਨੂੰ ਟੈਨਸ਼ਨ ਨਹੀਂ ਵੀ ਅਸੀਂ ਦਾਜ ਦੇਣਾ ਵਧੀਆ ਟੈਨਸ਼ਨਾਂ 'ਚ ਅਸੀਂ ਮਰ ਜਾਂਦੇ ਅਸੀਂ ਏਸ਼ੀਅਨ ਲੋਕ ਉਹ ਕਹਾਂ ਗੋਰੇ ਬੇਫਿਕਰ ਰਹੇ ਨੇ ਕੋਈ ਟੈਨਸ਼ਨ ਨਹੀਂ ਇਹਨਾਂ ਨੂੰ ਜਿੰਨੀ ਤਨਖਾਹ ਹੁੰਦੀ ਹੈ ਨਾ ਅਗਲੀ ਤਨਖਾਹ ਆਉਣ ਤੱਕ
ਇੱਥੇ ਖਾ ਜਾਂਦੇ ਨੇ ਸਾਰੇ ਪੈਸੇ ਗੋਰੀਆਂ ਦੋਸਤਾਂ ਮੇਰੀਆਂ ਕਹਿੰਦੀਆਂ ਨੇ 15 ਤਰੀਕ ਡਿੱਗਦੇ ਨੇ ਜਦੋਂ ਤਨਖਾਹ ਆਏਗੀ ਇੱਥੇ ਬੰਦਾ ਜੇ ਬਾਹਰ ਆ ਜਾਂਦਾ ਮਗਰੋਂ ਬਾਪੂ ਫੋਨ ਕਰ ਦਿੰਦਾ ਆਪਾਂ ਐਂ ਨਾ ਕਰੀਏ ਕੁੜੀ ਨੂੰ ਵੱਡੀ ਗੱਡੀ ਨਾ ਦੇ ਦਈਏ ਦਾਜ ਹੈ ਨਾ ਜਿਹੜਾ ਜਾਂ ਆਪਣਾ ਉਹ ਉੱਪਰ ਵਾਲਾ ਜਿਹੜਾ ਚਵਾਰਾ ਢਾ ਕੇ ਉਹਨੂੰ ਨਵਾਂ ਬਣਾ ਦਿੰਦੇ ਹਾਂ ਉਹ ਸਾਡੇ ਤਾਂ ਬਾਲੇ ਇੱਕ ਫਿਲਮ 'ਚ ਨਹੀਂ ਕਰਦਾ ਆ ਕਹਿੰਦਾ ਬਾਪੂ ਹਾਂ ਪੋਤਾ ਅੱਜ ਕੀ ਭੇਜਦੇ ਹਾਂ ਆਪਾਂ ਟਰੈਕਟਰ ਦਾ ਫਿਰ ਕੀ ਕਰਾਉਣਾ ਨਾਲੇ ਉੱਪਰਲਾ ਕੋਠਾ ਵੀ ਪਾਉਣਾ ਬੰਦਾ ਉਹ ਦਾਜ ਜਿਹੜਾ ਮਾਂ ਪਿਓ ਨੂੰ ਟੈਨਸ਼ਨ ਹੋ ਜਾਂਦੀ ਹੈ ਇਹ ਖਤਮ ਹੋਣਾ ਚਾਹੀਦਾ ਦਾਜ ਵਾਲਾ ਕੰਮ ਓਕੇ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਅਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਅਤੇ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਅਤੇ ਬੈੱਲ ਵਾਲਾ ਬਟਨ ਜ਼ਰੂਰ ਪ੍ਰੈੱਸ ਕਰਿਓ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਹਰ ਹਾਲ ਵਿੱਚ ਮਿਲ ਸਕੇ ਓਕੇ ਜੀ ਬਾਏ